ਬੈਠਾ ਚੁੱਕ ਆਏ ਨਾ ਪਿਓ ਵਾ ਤੇਰਾ ਪਿਓ ਇਹ ਤਾਂ ਪਾਉਣਾ ਹੀ ਪੈਣਾ ਸੀ ਕੀ ਸਿਲੈਕਟ ਕੀਤਾ ਮੈਂ ਸਿਲੈਕਟ ਕੀਤੀ ਸ਼ੂ ਮੈਂ ਦੀ ਦੇ ਵੈਲਕਮ ਬੈਕ ਟੂ ਡੂਬਰੋ ਚੈਨਲ ਵਲੌਗ ਸਟਾਰਟ ਕਰਨ ਲੱਗੇ ਆ ਪੁਰਾਣਾ ਵਲੌਗ ਅਪਲੋਡ ਕਰਤਾ ਮਟਨ ਦੀ ਰੈਸਪੀ ਪੰਗੇ ਲਵੇ ਸਾਡੇ ਆਪ ਦੇ ਅਤੇ ਥੋੜ੍ਹਾ ਜਿਹਾ ਗਲਾ ਵੀ ਖਰਾਬ ਆ ਅਤੇ ਬੁਖਾਰ ਜਿਹਾ ਵੀ ਚੜ੍ਹਦਾ ਲੇਕਿਨ ਕੰਮ ਕੈਰੀ ਆਨ ਆ ਡਿਊਟੀ ਜਾ ਕੇ ਆਇਆ ਦਿਨ ਦੱਸ ਦਿੰਦਾ ਤੁਹਾਨੂੰ ਮੈਂ ਅੱਜ ਤਰੀਕ ਵੀ ਦੱਸ ਦਿੰਦਾ ਅਤੇ 19 ਤਰੀਕ ਆ ਕੱਲ੍ਹ ਤੋਂ ਛੁੱਟੀਆਂ ਨੇ ਈਦ ਦੀਆਂ ਈਦ ਦੀ ਸ਼ੋਪਿੰਗ ਈਦ ਦੀ ਸੈਲੀਬ੍ਰੇਸ਼ਨ ਸਾਰਾ ਕੁਛ ਇਕੱਠੇ ਹੋਣਾ ਵਾ ਹੈ ਕਿ ਨਹੀਂ ਅਤੇ ਹੁਣ ਅਸੀਂ ਨਿਕਲੇ ਹਾਂ ਦੋਨੇ ਅਤੇ ਐਡੀਡਾਸ ਦੇ ਲੱਗਾ ਹੋਇਆ ਆਫਰ ਬਾਏ ਵਨ ਗੈਟ ਵਨ ਫਰੀ ਕਿਉਂ ਸਲੀਮ ਹੈ ਠੀਕ ਅਤੇ ਹੁਣ ਅਸੀਂ ਚੱਲੇ ਐਡੀਡਾਸ ਦੇ ਬਾਕੀ ਦਾ ਪ੍ਰੋਗਰਾਮ ਫਿਰ ਨਾਲ ਨਾਲ ਦੱਸਾਂਗੇ ਚਾਰ ਪੰਜ ਛੁੱਟੀਆਂ ਨੇ ਕੰਮ ਤੋਂ ਵੀ ਈਦ ਕਰਕੇ ਅਤੇ ਵਲੌਗ ਵੀ ਚੱਲਣੇ ਕੰਟੀਨਿਊ ਅਤੇ ਸਾਰਾ ਸੈਲੀਬ੍ਰੇਸ਼ਨ ਵੀ ਇੰਜੋਇਮੈਂਟ ਵੀ ਫਿਰ ਕਰਦੇ ਹਾਂ ਆਪਾਂ ਫਿਰ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ ਬਾਬਾ ਕੀ ਲੈਣਾ ਉੱਥੋਂ ਕੀ ਲੈਣਾ ਉੱਥੋਂ ਹੋਰ ਹਾਂ ਵਧੀਆ ਠੀਕ ਆ ਨਾ ਸ਼ੂਜ਼ ਤਾਂ ਫਿਰ ਇੱਕ ਨਾਲ ਇੱਕ ਜੋੜੀ ਜਾਊਗਾ ਚੱਲ ਠੀਕ ਆ ਆਹ ਮਾਹੌਲ 'ਚ ਤੁਸੀਂ ਸਾਨੂੰ ਅਕਸਰ ਨਿਕਲਦੇ ਕਰਦੇ ਦੇਖਿਆ ਹੋਣਾ ਵਾ ਹੈ ਨਾ ਦੇਖਦੀ ਹੋ ਵਲੌਗ 'ਚ ਸਾਡਾ ਵਲੌਗ ਇੱਥੇ ਹੀ ਸਟਾਰਟ ਹੁੰਦਾ ਮੋਸਟ ਆਫ ਕਿਉਂਕਿ ਆਪਣੀ ਬਿਲਡਿੰਗ ਆ ਅਤੇ ਜਦੋਂ ਅਸੀਂ ਥੱਲੇ ਪਾਰਕਿੰਗ 'ਚ ਆਉਂਦੇ ਹਾਂ ਯਾਰ ਬਹੁਤ ਤੰਗ ਕਰਦੇ ਯਾਰ ਇੱਕ ਮੈਂ ਦਿਖਾਉਣਾ ਕਿਉਂ ਤੰਗ ਕਰ ਇੱਕ ਤਾਂ ਮੂਹਰੇ ਰੋਡ ਬਣਦਾ ਠੀਕ ਹੈ ਫਿਰ ਦੂਜਾ ਅੰਦਰ ਪਤਾ ਨਹੀਂ ਆਪਦੀਆਂ ਇੱਕ ਤਾਂ ਤਾਈਆਂ ਕਰਦੇ ਰਹਿੰਦੇ ਆ ਇੱਕ ਤਾਂ ਰੋਡ ਵਾਲਿਆਂ ਨੇ ਤੰਗ ਕੀਤਾ ਹੋਇਆ ਵਾ ਤੇ ਗੱਡੀ ਕਿੰਨੀ ਔਖੀ ਆ ਕੱਢਣੀ ਇੰਨੇ ਦੀ ਸਾਪੇ ਆ ਭਰਵਾਤਾ ਇਹਨਾਂ ਨੇ ਗੱਡੀ ਦਾ ਹੈ ਆ ਰੋਡ ਕਰਕੇ ਸਾਰਾ ਵਨ ਵੇ ਹੋਇਆ ਰੋਡ ਧਿਆਨ ਨਾਲ ਥੋੜਾ ਜਿਹਾ 6 ਮਹੀਨੇ ਆ ਰੋਡ ਨੂੰ ਲੱਗਣੇ ਆ ਆਹੀ ਰਾਹ ਅਸੀਂ ਆਉਣ ਵਾਲੀਆਂ ਗੱਡੀਆਂ ਵੀ ਜਾਣ ਵਾਲੀਆਂ ਵੀ ਇੱਕ ਹੀ ਰਾਹ ਵਾ ਯਾਰ ਜੇ ਆਪਾਂ ਬਾਈ ਸਿੱਧੂ ਮੂਸੇਵਾਲਾ ਘਰ ਜਾਉਂਦਾ ਹੁੰਦਾ ਤੇ ਆਪਾਂ ਇੰਡੀਆ ਜਾਂਦੇ ਮੈਂ ਤੁਹਾਨੂੰ ਆ ਹੀ ਦੱਸਦਾ ਮੈਂ ਉਹਨੂੰ ਪੱਕਾ ਮਿਲ ਕੇ ਆਉਂਦਾ ਆਪਾਂ ਸਾਰੇ ਜਾਂਦੇ ਉਹਨੂੰ ਮਿਲ ਕੇ ਆਉਂਦੇ ਹੈ ਨਾ ਸ਼ਾਇਦ ਉਹਨੂੰ ਨਾ ਮਿਲਦੇ ਹੁੰਦਾ ਸ਼ਾਇਦ ਆਪਾਂ ਨਾ ਜਾਂਦੇ ਹਾਂ ਲੇਕਿਨ ਹੁਣ ਫਿਰ ਕਦੇ ਗੇੜੇ ਗੂੜੇ ਤੇ ਉਹਨਾਂ ਦੇ ਪਿੰਡ ਕਿਹੜਾ ਹੁਣ ਰੈਗਰੇਟ ਵੀ ਯਾਰ ਇੱਕ ਅਗਰ ਮਿਲੇ ਹੁੰਦੇ ਤਾਂ ਵਧੀਆ ਸੀ ਯਾਰ ਜਿਹੜੇ ਉਹਨੂੰ ਮਿਲੇ ਆ ਜਾਂ ਜਿਹਨਾਂ ਨੂੰ ਦੇਖਿਆ ਬਸ ਹਰ ਇੱਕ ਬੰਦਾ ਅੱਜ ਵੀ ਉਹਦੀ ਮੌਤ ਦਾ ਓਨਾ ਹੀ ਅਫਸੋਸ ਆ ਜਿੰਨਾ ਪਹਿਲੇ ਦਿਨ ਸੀ ਜਮ੍ਹਾਂ ਨਹੀਂ ਘਟਿਆ ਜਮ੍ਹਾਂ ਨਹੀਂ ਕਿਸੇ ਕੋਲ ਵੀ ਨਹੀਂ ਹਰ ਇੱਕ ਮਤਲਬ ਜਿਹੜਾ ਕੋਈ ਉੱਥੇ ਇੰਡੀਆ 'ਚ ਕੋਈ ਲਿਫਾਫੇ ਵੀ ਕਚਰਾ ਵੀ ਚੌਕਦਾ ਨਾ ਲਿਫਾਫੇ ਉਹ ਵੀ ਉਹ ਵੀ ਸੈਡ ਮਤਲਬ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਮਤਲਬ ਉਹ ਵੀ ਕਹਿੰਦੇ ਵੀ ਗਲਤ ਹੋ ਗਿਆ ਕੰਮ ਹੈ ਨਾ ਗਲਤ ਹੋ ਗਿਆ ਮੈਂ ਆਪਦੀ ਐਨਕਾਂ ਨਹੀਂ ਲੈ ਕੇ ਆਈ ਯਾਰ ਚਲੋ ਕੋਈ ਗੱਲ ਨਹੀਂ ਖੈਰ ਆ ਜੋ ਜੋ ਉੱਪਰ ਵਾਲੇ ਨੂੰ ਮਨਜ਼ੂਰ ਆ ਹੈ ਨਾ ਇਹ ਚੀਜ਼ ਬਸ ਹੁਣ ਅੱਗੇ ਦਾ ਹੁਣ ਅਸੀਂ ਚੱਲੇ ਹਾਂ ਐਡੀਡਾਸ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਜਾ ਕੇ ਉੱਥੇ ਮਿਲਦਾ ਸਿੱਧਾ ਹੀ ਗੱਡੀ ਜਦੋਂ ਪਾਰਕ ਕਰਤੀ ਨਾ ਜਦੋਂ ਅਸੀਂ ਅੰਦਰ ਐਂਟਰ ਹੋ ਗਏ ਉਦੋਂ ਫਿਰ ਦੱਸਾਂਗੇ ਵੀ ਕੀ ਸ਼ੌਪ ਸ਼ੂਜ਼ ਹੀ ਲੈਣੇ ਖਾਲੀ ਦੋ ਟੂ ਪੇਅਰ ਮਿਲਦਾ ਫਿਰ ਉੱਥੇ ਆ ਗਏ
ਅੱਗੇ ਪਾਰਕਿੰਗ ਹੈ ਨਹੀਂ ਇੱਥੇ ਲਾ ਆਉਂਦੇ ਨੂੰ ਪਾਰਕਿੰਗ ਮਿਲ ਜੇ ਵਾਰੀ ਵਾਰੀ ਹਰ ਇੱਕ ਵੀਡੀਓ ਚ ਅਸੀਂ ਕਹਿੰਦੇ ਆ ਦੁਬਈ ਦੇ ਵਿੱਚ ਨਹੀਂ ਦੂਰ ਮਿਲੀ ਆ ਦੂਰ ਲਾ ਦਿਓ ਹੈਗੀ ਤਾਂ ਮਿਲੀ ਦੂਰ ਆ ਮਤਲਬ 15 ਸਕਿੰਟ ਦਾ ਰਾਹ ਐਵੇਂ ਘਬਰਾਈ ਜਾਂਦਾ ਹੁਣ ਮਿਲ ਗਈ ਪਾਰਕਿੰਗ ਹੁਣ ਜਾਂਦੇ ਆਪਾਂ ਸ਼ੋਰੂਮ ਦੇ ਅੰਦਰ ਆਪ ਉੱਧਰ ਚਲਾ ਗਿਆ ਵਾਲਟ ਵਿੱਚ ਭੁੱਲ ਗਿਆ ਪਰਸੀ ਭੁੱਲ ਗਿਆ ਲਿਆ ਪਰਸ ਪਾਰਕਿੰਗ ਵੀ ਖਾਲੀ ਹੋ ਗਈ ਇੱਥੇ ਮੂਹਰੇ ਮਿਲ ਜਾਣੀ ਸੀ ਇਹ ਲੱਗਿਆ ਆਫਰ ਮਿਲਿਓ ਬਾਏ ਵਨ ਗੈਟ ਵਨ ਫ੍ਰੀ ਗੁੱਡ ਆਫਰ ਸ਼ੂ ਮੈਂ ਦੇਖ ਕੇ ਤਾਂ ਗਿਆ ਸੀ ਉੱਦਾਂ ਹੁਣ ਮੈਨੂੰ ਮਿਲ ਨਹੀਂ ਰਹੇ 599 299 ਨਾ ਲੈ ਸਕਦੇ ਹਾਂ ਜੀ ਚੱਕ ਲਓ ਕੀ ਸਿਲੈਕਟ ਕੀਤਾ ਸ਼ੂ ਮਿਲ ਨਹੀਂ ਰਹੇ ਮੈਨੂੰ ਪਾਏ ਤੇ ਵਧੀਆ ਲੱਗੀ ਹਾਂ ਇਹਨਾਂ ਸਿਲੈਕਟ ਕਰ ਚੱਲ ਚੱਲ ਟਰਾਈ ਕਰਕੇ ਆ ਫਿਰ ਦੱਸੀ ਮੈਨੂੰ ਆਪਣੇ ਕੋਲ ਇਹ ਇਹਦੇ ਲਈ ਠੀਕ ਹੈ ਫਿਰ ਆਪੂ ਲਈ ਬਾਕੀ ਆਦਰਾ ਸਮਾਨ ਤੇਰੇ ਮੇਰੇ ਸੂਟ ਤਾਂ ਮਿਲੇ ਨਹੀਂ ਉਹ ਮਿਲੇ ਨਹੀਂ ਜਿਹੜੇ ਲੈਣਾ ਇਹਨਾਂ ਦੇ ਮਿਲ ਕੇ ਲੈ ਫਿਰ ਦੂਜੇ ਬੈਠਾ ਫਿਰ ਐਂ ਕਰਦੇ ਹਾਂ ਦੂਜੇ ਸ਼ੋਰੂਮ ਚੱਲਦੇ ਹਾਂ ਚੱਲ ਦੇਖ ਲੈਂਦੇ ਆਹ ਲੈ ਜਾਂਦੇ ਹਾਂ ਬੂਟ ਮੋੜ ਕੇ ਸਾਈਜ਼ ਨਹੀਂ ਮਿਲਣਾ ਕਿਤੋਂ ਹਾਂ ਇਹ ਲੈ ਚੱਲ ਓਕੇ ਕਿਹੜਾ ਸੋਹਣਾ ਲੱਗ ਰਿਹਾ ਵੈਸੇ ਸਟੱਫ ਦੇਖ ਜ਼ਿਆਦਾ ਠੀਕ ਹਾਂ ਸੋਹਣਾ ਵਾ ਯਾਰ ਮਾੜਾ ਨਹੀਂ ਆਹ ਤਾਂ ਤੂੰ ਲੈ ਗਿਆ ਸੀ ਉੱਦਣ ਹਨਾ ਇਹ ਪਾਵਾਂਗੇ ਈਦ ਨੂੰ ਸਲੀਮ ਉਹ ਸ਼ੂਜ਼ ਨਹੀਂ ਹੈਗੇ ਨਾ ਸਾਈਜ਼ ਹੈ ਨਹੀਂ ਮਨ ਨੂੰ ਗੱਲ ਜੀ ਲੱਗ ਨਹੀਂ ਰਹੀ ਹਨਾ ਮਜ਼ਾ ਨਹੀਂ ਆ ਰਿਹਾ ਮਤਲਬ ਜਿਹੜਾ ਕਲਿੱਕ ਕਰੇ ਮਨ ਨੂੰ ਹਨਾ ਵੀ ਆ ਇਹ ਚੀਜ਼ ਲੱਗੇ ਪਾਈ ਸਾਲਾ ਖਾਸਤਾ ਜਾਂ ਮਾਲ ਆ ਲੈਣੀ ਆ ਤਾਂ ਫਿਰ ਦੇਸੀ ਖੁੱਦੂ ਥੋੜੀ ਲੈਣਾ ਹਾਂ ਇਹ ਤਾਂ ਆ ਪਜਾਮਾ ਬੈਗੀ ਹੈ ਸਲੀਮੇ ਖੋਲ ਕੇ ਸੋਹਣਾ ਬਹੁਤ ਲੱਗੂ ਯਾਰ ਹਾਂ ਵਧੀਆ ਨਾ ਚੱਲ ਤੂੰ ਆਹ ਰੱਖ ਫਿਰ ਹਲੇ ਹਾਂ ਬਿੱਲ ਕਰਾਇਆ ਤਾਂ ਜਵਾਕਾਂ ਦੇ ਹੋ ਗਏ ਜਿਨ੍ਹਾਂ ਨੇ ਨਹੀਂ ਲੈਣਾ ਸੀਗੇ ਇਹਨਾਂ ਦੇ ਨੱਕ ਚ ਚੱਲ ਤੇਰੇ ਲਈ ਸ਼ੂਜ਼ ਹੋ ਗਏ ਮੈਂ ਵੀ ਮਿੱਤਰੋ ਸ਼ੋਪਿੰਗ ਤਾਂ ਸਾਡੀ ਤਾਂ ਨਹੀਂ ਹੋਈ ਇਹਨਾਂ ਦੀ ਹੋ ਗਈ ਆ ਹੈ ਨਾ ਅਤੇ ਇਹਨਾਂ ਦੇ ਦੋ ਪੇਅਰ ਲੈ ਲਏ ਆ ਇੱਕ ਨਾਲ ਇੱਕ ਫ੍ਰੀ ਆ ਗਿਆ ਅਤੇ ਸਾਰੇ ਪਾਸੇ ਚੱਲਦਾ ਐਡੀਡਾਸ ਹੈ ਨਾ ਅਸਲੀ ਮੈਂ ਜਾਣਾ ਸੀ ਹੁਣ ਕਿਤੇ ਹੋਰ ਲੈਣ ਬਟ ਪਲੈਨਿੰਗ ਚੇਂਜ ਕਰ ਸ਼ਾਮ ਨੂੰ ਇਫਤਾਰੀ ਤੋਂ ਬਾਅਦ ਆਊਟਲੈਟ ਮੋਲ ਜਾਵਾਂਗੇ ਅਲੈਨ ਰੋਡ 'ਤੇ ਉੱਥੇ ਦੇਖ ਲੈਣਾ ਜੇ ਐਡੀਡਾਸ ਨਹੀਂ ਹੋਈ ਹੋਰ ਤਾਂ ਮਿਲ ਜੂ ਫਿਰ ਇੱਥੇ ਚੱਲ ਮਿਲਦੇ ਆ ਫਿਰ ਚਲੋ ਜੀ ਮਿਲਦੇ ਆ ਫਿਰ ਸ਼ਾਮ ਨੂੰ ਸਿੱਧਾ ਹੀ ਆਊਟਲੈਟ ਦੇ ਵਿੱਚ ਨਹੀਂ ਘਰੋਂ ਤੋਰਨ ਲੱਗੇ ਦੱਸਾਂਗੇ ਗੱਲਬਾਤ ਕਹਾਣੀ ਪੂਰੀ ਵਲੌਗਾਂ ਬਣਾ ਵਲੌਗਾਂ ਚੱਲ ਠੀਕ ਆ ਓਕੇ ਓਕੇ ਕੀ ਕਰ ਲਈ ਅਗਰ ਆਪਾਂ
ਤੇ ਆਪਾਂ 2 ਨੰਬਰ ਹੀ ਪੈਸੇ ਕਮਾ ਵੀ ਲਏ ਹਾਂ ਟੌਪਿਕ ਚੱਲਦਾ ਹੀ ਸਾਡਾ ਹਾਂ ਤੇ ਆਪਣੇ ਰਾਸ ਨਹੀਂ ਆਉਂ ਹਾਂ ਮੈਨੂੰ ਲੱਗਦਾ ਇਹਨੇ ਪਹਿਲਾਂ ਕੀਤੀ ਆ ਤੈਨੂੰ ਰਾਸ ਨਹੀਂ ਥੋੜੇ ਦਿਨ ਪਹਿਲਾਂ ਅਸੀਂ ਲਾਈਨ 'ਚ ਲੱਗੇ ਹੋਏ ਸੀ ਟ੍ਰੈਫਿਕ ਦੇ ਵਿੱਚ ਬਹੁਤ ਗੱਡੀਆਂ ਨਿਕਲੀ ਜਾਂਦੀਆਂ ਸੀ ਕਹਿੰਦਾ ਇੱਧਰ ਦੀ ਕੱਢ ਲਾ ਮੈਂ ਇਹਨੂੰ ਕਿਹਾ ਨਹੀਂ ਕੱਢਣੀ ਯਾਰ ਉਹਨਾਂ ਨੂੰ ਫਾਈਨ ਆ ਜਾਊਗਾ ਕਹਿੰਦਾ ਤੈਨੂੰ ਹੀ ਦੇਖਦੇ ਆ ਵੀ ਤੇਰੇ ਤੇ ਖੜਿਆ ਵੀ ਤੈਨੂੰ ਦੇਖ ਕੇ ਫਾਈਨ ਆ ਜਾਊਗਾ ਮੈਂ ਇਹਦੀ ਮੰਨ ਲਈ ਮੈਂ ਕੱਟ ਮਾਰਿਆ ਸਾਰਾ ਟ੍ਰੈਫਿਕ ਕੱਢ ਕੇ ਮੂਹਰ ਦੀ ਲਿਜਾ ਕੇ ਲਾਹ ਤੀ ਸ਼ਾਮ ਨੂੰ ਜਦੋਂ ਘਰੇ ਆਏ ਘਰੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਮੈਸੇਜ ਪਹੁੰਚ ਗਿਆ ਇਹਨੂੰ 400 ਦਾ ਫਾਈਨ ਆ ਗਿਆ ਕਹਿ ਕੇ ਸਾਨੂੰ ਫਾਈਨ ਆ ਜਾਂਦੇ ਆ ਇਹ ਤਾਂ ਕਹਿੰਦਾ ਵੀ ਅਗਰ ਅਸੀਂ 2 ਨੰਬਰੀ ਵੀ ਕਰੀਏ ਤਾਂ ਸਾਨੂੰ ਪਹੁੰਚ ਹੀ ਨਹੀਂ ਆਣਾ ਪਹੁੰਚ ਹੀ ਨਹੀਂ ਆਪਾਂ ਨੂੰ ਆਉਣਾ ਨਹੀਂ ਆਪਾਂ ਨੂੰ ਇੱਡੀ ਗੱਲ ਨਹੀਂ ਆਈ ਰਾਤ ਦਾ ਕੱਟ ਮਾਰੇ ਸਹੀ ਗੱਲ ਚਲੋ ਜੀ ਗੱਡੀ 'ਚ ਆ ਗਏ ਹਾਂ ਫਿਰ ਸ਼ਾਮ ਨੂੰ ਕਰਦੇ ਆ ਗੱਲਬਾਤ ਕੋਈ ਘੈਂਟ ਜੀ ਸ਼ਾਮ ਤਾਂ ਹੋ ਗਈ ਆ 5 ਵੱਜ ਗਏ ਆ ਇਫਤਾਰ ਦਾ ਟਾਈਮ ਆ ਤੇ ਪ੍ਰਿਪੇਰੇਸ਼ਨ ਕਰਕੇ ਰੋਜ਼ਾ ਖੋਲ ਕੇ ਫਿਰ ਜਾਵਾਂਗੇ ਆਊਟਲੈਟ ਦੂਜੇ ਆਊਟਲੈਟ ਜਾਣਾ ਸ਼ਾਮ ਨੂੰ ਜਾਣਾ ਤੂੰ ਕੀ ਲੈਣਾ ਜਾਣਾ ਦੱਸਦਾ ਦੇ ਯਾਰ ਅਸੀਂ ਨਹੀਂ ਲੈਣਾ ਇਹ ਨਾ ਨਾ ਪੁੱਛਦਾ ਦੱਸ ਦੇ ਤੂੰ ਖਰਾਬ ਬੰਦਾ ਵੈਸੇ ਹੈਨਾ ਬਾਏ ਕਰਦੇ ਫਿਰ ਬਾਏ ਕਰਦੇ ਸਾਰਿਆਂ ਨੂੰ ਯਾਰ ਘੰਟਾ ਲੇਟ ਕਰਵਾਦਾ ਦੇਖ ਲਾ ਗੁੱਡਾ ਬੇਵਕੂਫਾ ਉੱਥੇ ਖੜ ਕੇ ਨਾ ਕੋਨਾਂ ਨੂੰ ਮਾਰੀ ਜਾਂਦਾ ਉਹ ਕੋਨਾਂ ਨੂੰ ਹਾਰਨ ਮਾਰੀ ਜਾਂਦਾ ਮਾਮਾ ਤੂੰ ਗੱਡੀ ਕੱਟ ਕੇ ਲੈ ਜਾ ਇੱਥੋਂ ਦੀ ਖੜਾ ਨਾ ਮੂਹਰੇ ਪੌਂਡ ਰੱਖਿਆ ਉੱਥੇ ਅਗਲੇ ਅੱਜ ਕੋਈ ਕੰਸਟਰਕਸ਼ਨ ਦਾ ਕੰਮ ਕੀਤਾ ਹਲਕਾ ਜਿਹਾ ਤੇ ਮੂਹਰੇ ਪੌਂਡ ਰੱਖਦੇ ਤੁਸੀਂ ਸਿਰਫ ਐ ਜਿਵੇਂ ਉਹ ਜਿਗਜ਼ੈਗ ਵਾਂਗੂ ਕੱਢ ਕੇ ਗੱਡੀ ਆਪਦੀ ਲੈ ਜਾਓ ਪਰੇ ਦੀ ਰਸਤਾ ਨੀ ਬੰਦ ਹੈਗਾ ਕੋਨਾਂ ਨੂੰ ਹਾਰਨ ਮਾਰੀ ਜਾਂਦਾ ਯਾਰ ਉਹ ਖੜਾ ਹੱਦ ਹੋ ਗਈ ਛਿੱਤਰ ਖਾਣੇ ਡੰਗਰ ਇਹ ਉਹ ਬੰਦਾ ਇਹ ਉਹ ਬੰਦਾ ਜਿਹੜਾ ਪਾਰਕਿੰਗ ਦੇ ਵਿਚਾਲੇ ਲਾ ਗਿਆ ਸੀ ਇਹ ਉਹੀ ਗੱਡੀ ਆ ਤੁਸੀਂ ਪੁਰਾਣੇ ਬਲੌਗ ਚ ਨਾ ਦੇਖੋਗੇ ਇਹ ਬੰਦਾ ਯਾਨੀ ਕਿ ਲੈਣ ਤੇ ਗੱਡੀ ਲਾ ਗਿਆ ਪ੍ਰੋਪਰ ਸੈਂਟਰ ਚ ਲੈਣ ਸੀਗੀ ਪਾਰਕਿੰਗ ਦੀ ਇਹ ਉਹ ਬੰਦਾ ਪਿੱਛੇ ਕਰ ਸਕਦਾ ਵੀਰੇ ਕੋਨਾਂ ਨੂੰ ਹਾਰਨ ਮਾਰਦਾ ਇਹ ਮਾਰ ਸਕਦਾ ਇੱਧਰ ਦੇਖ ਇੱਧਰ ਇੱਧਰ ਓਏ ਖੋਲਦਾ ਪਾਏ ਨਾ ਕੱਪੜੇ ਮੈਂ ਨੀ ਪਾਉਣੇ ਕੱਪੜੇ ਪਾਏ ਨਾ ਪਿਓ ਵਾ ਤੇਰਾ ਪਿਓ ਇਹ ਤਾਂ ਪਾਉਣੇ ਹੀ ਪੈਣੇ ਸੀ ਇੱਧਰ ਦੇਖ ਮੇਰੇ ਵੱਲ ਵੱਡਾ ਜਿੰਦੀ ਤੇਰੀ ਕੱਢੂ ਜਦ ਮੈਂ ਹੁਣ ਖੁਸ਼ ਹਾਂ ਖੁਸ਼ ਹਾਂ ਹੁਣ ਤੂੰ ਸਾਡੇ ਮੂਹਰੇ ਜਦ ਨੀ ਕਰਨੀ ਕੁੜੀ ਮਾਰੀ ਸਾਲੇ ਹਾਲੇ ਫੜ ਖੁਸ਼ ਹਾਂ ਸਕੂਲ ਚੋਂ ਮਤਲਬ ਥੱਕ ਹਾਰ ਕੇ ਟਿਊਸ਼ਨ ਨਹੀਂ ਗਈ ਅੱਜ ਇਹ ਹਨਾ ਤੇ ਸੁੱਤੀ ਬੜੇ ਭਿਆੰਕਰ ਤਰੀਕੇ ਸੁੱਤੀ ਬਹੁਤ ਭਿਆੰਕਰ ਤਰੀਕੇ ਨਾਲ ਪਈ ਹਾਂ ਚੱਲ ਸੌ ਲੈਣ ਦੇ ਨਾ ਕਿਵੇਂ ਡਿਸਟਰਬ ਕਰਨਾ ਖੁਸ਼ ਹੋਣਾ ਨੇ ਉੱਠ ਕੇ ਸ਼ੂਜ਼ ਲਿਆਂਦੇ ਉਹਦੇ ਲਈ ਐ ਵਾਲਾ ਬੈਗ